ਐਵਰੀਵਨ, ਵੈਲਕਮ ਬੈਕ ਟੂ ਮੈਂ ਮੈਂ ਦੱਸਣ ਲੱਗੀ ਹਾਂ ਕਿ ਅਸੀਂ ਓਇਲੀ ਸਕਿਨ ਦੇ ਉੱਤੇ ਫਾਊਂਡੇਸ਼ਨ ਜਿਹੜਾ ਆ ਉਹ ਕਿੱਦਾਂ ਲਗਾਉਣਾ ਆ, ਕਿੱਦਾਂ ਸਕਿਨ ਪ੍ਰੈਪ ਕਰਨੀ। ਉਹਦੇ ਲਈ ਤੁਸੀਂ ਇਹ ਵੀਡੀਓ ਐਂਡ ਤੱਕ ਜ਼ਰੂਰ ਦੇਖੋ। ਭਾਵੇਂ ਤੁਹਾਡੀ ਸਕਿਨ ਜਿਹੜੀ ਆ ਓਇਲੀ ਹੈ ਜਾਂ ਡਰਾਈ ਆ, ਯੂ ਹੈਵ ਟੂ ਮੇਕ ਸ਼ੋਰ ਕਿ ਤੁਸੀਂ ਸਕਿਨ ਪ੍ਰੈਪ ਜਿਹੜਾ ਆ ਉਹ ਨਾਈਸਲੀ ਕਰ ਰਹੇ ਹੋ। ਡਰਾਈ ਸਕਿਨ ਵਾਸਤੇ ਤੁਸੀਂ ਸਾਰੇ ਪ੍ਰੋਡਕਟਸ ਜਿਹੜੇ ਆ ਉਹ ਹਾਈਡਰੇਟਿੰਗ ਲਗਾਉਣੇ ਆ, ਅਤੇ ਓਇਲੀ ਸਕਿਨ ਵਾਸਤੇ ਮੈਟੀਫਾਈਂਗ ਲਗਾਉਣੇ ਆ। ਅਤੇ ਡਰਾਈ ਸਕਿਨ ਵਾਸਤੇ ਵੈਸੇ ਤਾਂ ਦੋਨਾਂ ਸਕਿਨ ਨੇ ਤੁਸੀਂ ਮੋਇਸਚਰਾਈਜ਼ਰ ਜ਼ਰੂਰ ਲਗਾਉਣਾ ਆ, ਨੈਵਰ ਸਕਿਪ ਯੋਰ ਮੋਇਸਚਰਾਈਜ਼ਰ। ਅਤੇ ਡਰਾਈ ਸਕਿਨ ਵਾਸਤੇ ਮੋਇਸਚਰਾਈਜ਼ਰ ਲਗਾਵਾਂਗੇ, ਓਇਲੀ ਸਕਿਨ ਵਾਸਤੇ ਵੀ ਲਗਾਵਾਂਗੇ, ਦੋਨਾਂ ਵਾਸਤੇ ਜ਼ਰੂਰੀ ਆ। ਦਿਸ ਇਜ਼ ਦਾ ਬੈਸਟ ਮੋਇਸਚਰਾਈਜ਼ਰ ਬਿਫੋਰ ਮੇਕਅਪ। ਸੇਮ ਫਾਊਂਡੇਸ਼ਨ ਯੂਜ਼ ਕਰ ਰਹੀ ਹਾਂ ਐਸਟਲ ਆਰਡਰ ਦਾ ਔਨ ਮਾਈ ਫੇਸ, ਬਟ ਮੈਂ ਹਾਫ ਸਾਈਡ 'ਤੇ ਕਰਾਂਗੀ ਫੋਰ ਡਰਾਈ ਸਕਿਨ ਐਂਡ ਹਾਫ ਸਾਈਡ 'ਤੇ ਕਰਾਂਗੀ ਮੈਂ ਫੋਰ ਓਇਲੀ ਸਕਿਨ। ਬਿਕੋਜ਼ ਮਾਈ ਸਕਿਨ ਇਜ਼ ਡਰਾਈ, ਅਤੇ ਡਰਾਈ ਸਕਿਨ ਵਾਲੇ ਮੇਕ ਸ਼ੋਰ ਕਰੋ ਕਿ ਤੁਸੀਂ ਨਾਈਸਲੀ ਪ੍ਰੈਪ ਕਰੋ, ਕਿਉਂਕਿ ਇਹ ਐਸਟਲ ਆਰਡਰ ਦਾ ਫਾਊਂਡੇਸ਼ਨ ਜਿਹੜਾ ਆ ਉਹ ਥੋੜ੍ਹਾ ਡਰਾਇਰ ਸਾਈਡ 'ਤੇ ਆ, ਅਤੇ ਮੈਂ ਰੈਕਮੈਂਡ ਕਰਦੀ ਹਾਂ ਕਿ ਤੁਸੀਂ ਓਇਲ ਦੇ ਨਾਲ ਪੇਅਰ ਕਰੋ ਫੋਰ ਡਰਾਈ ਸਕਿਨ। ਅਤੇ ਅਸੀਂ ਲਗਾਵਾਂਗੇ ਡਰਾਈ ਸਕਿਨ ਵਾਲੀ ਸਾਈਡ ਦੇ ਉੱਤੇ ਓਇਲ ਥੋੜ੍ਹਾ ਜਿਹਾ। ਦਿਸ ਇਜ਼ ਫਰੋਮ ਮਿਲਾਨੀ। ਓਇਲੀ ਸਕਿਨ ਵਾਸਤੇ ਮੈਂ ਲਗਾਵਾਂਗੀ ਇਹ ਮੈਟੀਫਾਈਂਗ ਪ੍ਰਾਈਮਰ, ਇਹ ਹੈਗਾ ਅਲਫ ਦਾ ਮੈਟੀਫਾਈਂਗ ਪ੍ਰਾਈਮਰ। ਅਤੇ ਅਸੀਂ ਲਗਾਉਣਾ ਆ ਉੱਥੇ ਉੱਥੇ ਜਿੱਥੇ ਸਾਡੀ ਹੈਗੀ ਆ ਓਇਲੀ ਸਕਿਨ। ਅਗਰ ਤੁਹਾਡਾ ਸਾਰਾ ਫੇਸ ਓਇਲੀ ਆ ਦੈਨ ਯੂ ਕੈਨ ਯੂਜ਼ ਆਲ ਓਵਰ ਯੋਰ ਫੇਸ, ਬਟ ਮੇਰੀ ਇਹ ਟੀ ਜ਼ੋਨ ਹੀ ਓਇਲੀ ਆ, ਸੋ ਆਈ ਵਿਲ ਅਪਲਾਈ ਔਨ ਦਿਸ ਸਾਈਡ ਓਨਲੀ ਐਂਡ ਲਿਟਲ ਬਿਟ ਆਊਟ ਓਵਰ ਹੇਅਰ। ਓਇਲੀ ਸਕਿਨ ਵਾਲੇ ਸਾਰੇ ਫੇਸ ਦੇ ਉੱਤੇ ਵੀ ਲਗਾ ਸਕਦੇ ਹਾਂ। ਅਸੀਂ ਜੋ ਵੀ ਫੇਸ ਦੇ ਉੱਤੇ ਪ੍ਰਾਈਮਰ ਲਗਾਇਆ ਉਹਨਾਂ ਨੂੰ ਡਰਾਈ ਹੋਣ ਦੇਣਾ ਹੈ, ਮੈਂ ਫੈਨ ਦੇ ਨਾਲ ਕਰ ਲੈਂਦੀ ਹਾਂ। ਫਾਊਂਡੇਸ਼ਨ ਲਗਾਉਣ ਤੋਂ ਪਹਿਲਾਂ ਉਹਨੂੰ ਆਲਵੇਜ਼ ਸ਼ੇਕ ਕਰੋ। ਕਲਰ ਕਰੈਕਟਰ ਅਸੀਂ ਕਰਾਂਗੇ ਯੂਜ਼ ਸ਼ੀਗਲੈਮ ਦਾ ਕੰਸੀਲਰ ਇਨ ਸ਼ੇਡ ਹਨੀ, ਅਤੇ ਮੈਂ ਬਿਲਕੁਲ ਕਲਰ ਕਰੈਕਟਰ ਸਿਰਫ ਅੰਡਰ ਆਈਜ਼ 'ਤੇ ਹੀ ਲਗਾਵਾਂਗੀ, ਨੋਟ ਫੋਰ ਮਾਈ ਡਾਰਕ ਸਪੋਟਸ। ਇਨ ਕਰ ਲਾਂਗੇ ਅਸੀਂ ਬਲੈਂਡ। ਫਾਊਂਡੇਸ਼ਨ ਜਦੋਂ ਵੀ ਅਸੀਂ ਲਗਾਉਣਾ ਆ ਐਸਟਲ ਆਰਡਰ ਫਾਊਂਡੇਸ਼ਨ, ਉਹਨੂੰ ਅਸੀਂ ਹਮੇਸ਼ਾ ਹੱਥ ਦੇ ਪਿੱਛੇ ਪਾ ਕੇ ਥੋੜ੍ਹਾ ਜਿਹਾ ਫੇਰ ਹੀ ਲਗਾਉਣਾ ਆ, ਡਾਇਰੈਕਟਲੀ ਕਦੇ ਵੀ ਫੇਸ 'ਤੇ ਨਹੀਂ ਲਗਾਉਣਾ। ਅਤੇ ਆਲਵੇਜ਼ ਮੇਕ ਸ਼ੋਰ ਯੂ ਅਪਲਾਈ ਵਿਦ ਦ ਬਰੱਸ਼। ਇਹਦੇ ਨਾਲ ਕੀ ਹੁੰਦਾ, ਤੁਹਾਡਾ ਫਾਊਂਡੇਸ਼ਨ ਜਿਹੜਾ ਉਹ ਕਦੇ ਵੀ ਪੈਚੀ ਪੈਚੀ ਨਹੀਂ ਆਉਂਦਾ, ਬਿਕੋਜ਼ ਇਹ ਡਰਾਇਰ ਸਾਈਡ 'ਤੇ ਹੈ ਫਾਊਂਡੇਸ਼ਨ। ਸੋ ਮੇਕ ਸ਼ੋਰ ਯੂ ਅਪਲਾਈ ਇਨ ਸੈਕਸ਼ਨਸ। ਅਤੇ ਪਹਿਲਾਂ ਅਸੀਂ ਕਰਦੇ ਹਾਂ ਓਇਲੀ ਜਿੱਥੇ ਲਗਾਇਆ ਹੋਇਆ ਡਰਾਈ ਸਕਿਨ ਵਾਸਤੇ, ਅਤੇ ਉੱਥੇ ਲਗਾਉਂਦੇ ਹਾਂ। ਨਾਓ ਆਈ ਐਮ ਯੂਜ਼ਿੰਗ ਦਿਸ ਜੇਸਬ ਬਿਊਟੀ ਦਾ ਬਰੱਸ਼ ਆ। ਫਾਊਂਡੇਸ਼ਨ ਲਗਾਉਂਦੇ ਹਾਂ ਅਸੀਂ ਫੋਰ ਓਇਲੀ ਸਕਿਨ, ਅਤੇ ਓਇਲੀ ਸਕਿਨ ਵਾਲੇ ਵੀ ਸੇਮ ਸਟੈਪ ਹੀ ਕਰਨਗੇ। ਫਾਊਂਡੇਸ਼ਨ ਅਸੀਂ ਲਗਾ ਲਿਆ, ਇਹ ਸਾਈਡ ਹੈਗੀ ਹੈ ਸਾਡੀ ਡਰਾਈ ਸਕਿਨ ਵਾਲੀ, ਅਤੇ ਇਹ ਹੈਗੀ ਹੈ ਥੋੜ੍ਹੀ ਜਿਹੀ ਮੈਟ ਵਾਲੀ। ਅਤੇ ਵੀ ਵਿਲ ਅਪਲਾਈ ਬਰੋਂਜ਼ਰ ਨੈਕਸਟ। ਅਤੇ ਨੈਕਸਟ ਬਰੋਂਜ਼ਰ ਲਗਾਉਣ ਲਈ ਮੈਂ ਯੂਜ਼ ਕਰ ਰਹੀ ਹਾਂ ਐਲ ਵਾਈ ਐਸ, ਦਿਸ ਇਜ਼ ਮਾਈ ਪਰਫੈਕਟ ਗੋ ਟੂ ਬਰੋਂਜ਼ਰ ਸਟਿਕ ਐਂਡ ਇਟ ਇਜ਼ ਇਨ ਸ਼ੇਡ ਹਾਰਮਨੀ। ਅਤੇ ਮੈਂ ਕੀ ਕਰਦੀ, ਬਿਕੋਜ਼ ਦਿਸ ਫਾਊਂਡੇਸ਼ਨ ਇਜ਼ ਲਿਟਲ ਬਿਟ ਔਨ ਡਰਾਇਰ ਸਾਈਡ, ਅਤੇ ਮੈਂ ਹੈਂਡ 'ਤੇ ਇਹਦਾ ਮੈਲਟ ਆਊਟ ਕਰਕੇ ਥੋੜ੍ਹਾ ਜਿਹਾ ਸਟਿਕ ਨੂੰ ਫੇਰ ਲਗਾਵਾਂਗੀ, ਅਦਰਵਾਈਜ਼ ਅਗਰ ਆਪਾਂ ਡਾਇਰੈਕਟ ਲਗਾਵਾਂਗੇ ਤਾਂ ਉਹ ਪੈਚੀ ਹੋ ਸਕਦਾ ਆ। ਫੋਰ ਦਾ ਬਲੱਸ਼ ਆਈ ਐਮ ਯੂਜ਼ਿੰਗ ਦਿਸ ਐਲਫ ਵਨ, ਅਤੇ ਐਲਫ ਦਾ ਇਨ ਸ਼ੇਡ ਹੈਗਾ ਸੋਫ ਮੋਵ। ਵਟ ਆਈ ਡੂ ਇਜ਼ ਹੱਥ ਦੇ ਪਿੱਛੇ ਲਗਾ ਕੇ ਹੀ ਆਊਟ ਵਿਦ ਦਾ ਬਰੱਸ਼ ਐਂਡ ਵੀ ਵਿਲ ਅਪਲਾਈ ਓਵਰ ਟੋਪ।
ਫੋਰ ਦਾ ਕੰਸੀਲਰ ਮੈਂ ਯੂਜ਼ ਕਰ ਰਹੀ ਹਾਂ ਲੋਰੀਅਲ ਦਾ ਇਨਫੈਲੇਬਲ 24 ਆਵਰ ਫੁੱਲ ਵੇਅਰ ਕੰਸੀਲਰ ਐਂਡ ਇਟ ਇਜ਼ ਇਨ ਸ਼ੇਡ ਕੈਸ਼ਮੀਅਰ ਅਤੇ ਮੈਂ ਇਹ ਰੈਕਮੈਂਡ ਕਰਦੀ ਹਾਂ ਫੋਰ ਬੋਥ ਡਰਾਈ ਸਕਿਨ ਐਂਡ ਓਇਲੀ ਸਕਿਨ ਵਾਸਤੇ ਅਤੇ ਇਹ ਅਸੀਂ ਲਗਾਉਣਾ ਹੈ ਬਿਲਕੁਲ ਅਸੀਂ ਥੋੜ੍ਹਾ ਥੋੜ੍ਹਾ ਬਿਕੋਜ਼ ਅਸੀਂ ਆਲਰੇਡੀ ਕਲਰ ਕਰੈਕਟ ਕਰ ਲਿਆ ਹੋਇਆ ਆ ਲਾਈਕ ਸੋ ਅਤੇ ਲਿਟਲ ਬਿਟ ਓਵਰ ਹੇਅਰ ਦੈਟ ਇਜ਼ ਇਟ ਅਤੇ ਥੋੜ੍ਹਾ ਜਿਹਾ ਇੱਥੇ ਜਸਟ ਫੋਰ ਕਲੀਨ ਅਪ ਬਾਕੀ ਸਟੈਪਸ ਆਲਮੋਸਟ ਜਿਹੜੇ ਉਹ ਸਾਰੇ ਹੋਣੇ ਆ ਸੇਮ ਫੋਰ ਓਇਲੀ ਐਂਡ ਡਰਾਈ ਸਕਿਨ ਜਿੱਥੋਂ ਤੱਕ ਮੈਂ ਕੀਤਾ ਆ ਅਤੇ ਇਹਨੂੰ ਅਸੀਂ ਕੰਸੀਲਰ ਨੂੰ ਕਰਾਂਗੇ ਅਸੀਂ ਬਲੈਂਡ ਫਾਊਂਡੇਸ਼ਨ ਬ੍ਰੱਸ਼ ਦੇ ਨਾਲ ਹੀ ਕੰਸੀਲਰ ਬਲੈਂਡ ਕਰ ਰਹੀ ਹਾਂ ਦਿਸ ਇਜ਼ ਮਾਈ ਫੇਵਰੇਟ ਫਾਊਂਡੇਸ਼ਨ ਬ੍ਰੱਸ਼ ਜਿਹੜਾ ਕਿ ਮੈਂ ਯੂਜ਼ ਕਰਦੀ ਹਾਂ ਆਲ ਓਵਰ ਮਾਈ ਫੇਸ ਅਤੇ ਸੇਮ ਕੰਸੀਲਰ ਔਨ ਦ ਆਈਲੈਡਸ ਸੇਮ ਬਲੱਸ਼ ਵਾਲਾ ਬ੍ਰੱਸ਼ ਓਵਰ ਦ ਟੋਪ ਓਕੇ ਦਿਸ ਇਜ਼ ਦ ਹੂਰਾ ਬਿਊਟੀ ਪਾਊਡਰ ਦਿਸ ਇਜ਼ ਦ ਬੈਸਟ ਫਰੋਮ ਸਿਫੋਰਾ ਆਈ ਹੈਵ ਐਵਰ ਯੂਜ਼ਡ ਅਤੇ ਇਹ ਹੈਗਾ ਆ ਇਨ ਸ਼ੇਡ ਪਾਊਂਡ ਕੇਕ ਅਤੇ ਪਰਫੈਕਟ ਫੋਰ ਓਇਲੀ ਸਕਿਨ ਟਾਈਪ ਕਰਲੀਸ ਅਤੇ ਮੈਂ ਕੀ ਕਰਦੀ ਹੁੰਦੀ ਹਾਂ ਫੋਰ ਸੈਟਿੰਗ ਮਾਈ ਅੰਡਰ ਆਈਜ਼ ਅਤੇ ਮੈਂ ਯੂਜ਼ ਕਰਦੀ ਹਾਂ ਪਾਊਡਰ ਦਿਸ ਇਜ਼ ਫਰੋਮ ਹੂਰਾ ਬਿਊਟੀ ਆਈ ਵਿਲ ਟੇਕ ਪਾਊਡਰ ਪਫ ਅਤੇ ਡਿਪ ਕਰਾਂਗੀ ਮੈਂ ਥੋੜ੍ਹਾ ਜਿਹਾ ਪਾਊਡਰ ਲੈਣਾ ਹੈ ਇੰਨਾ ਕੁ ਲੈਣਾ ਹੈ ਬਸ ਅਤੇ ਉਹਨੂੰ ਕਰ ਲਾਂਗੇ ਅਸੀਂ ਸਮੂਥ ਆਊਟ ਲਾਈਕ ਦਿਸ ਅਤੇ ਮੇਕ ਸ਼ੋਰ ਕਰਨਾ ਆ ਕਿ ਤੁਸੀਂ ਸੈਟਿੰਗ ਕਰਨ ਤੋਂ ਪਹਿਲਾਂ ਤੁਹਾਡੇ ਕ੍ਰੀਸਿਸ ਨਹੀਂ ਹੋਣੇ ਚਾਹੀਦੀਆਂ ਸੋ ਲੁੱਕ ਅਪ ਐਂਡ ਰਿਮੂਵ ਆਲ ਦਾ ਕ੍ਰੀਸਿਸ ਅੰਡਰ ਯੋਰ ਆਈਜ਼ ਉੱਪਰ ਦੇਖਣਾ ਆ ਉਨੀ ਦੇਰ ਤੱਕ ਬਲੈਂਡ ਕਰੋ ਹਲਕੇ ਹੱਥਾਂ ਨਾਲ ਜਿੰਨੀ ਦੇਰ ਤੱਕ ਉਹ ਕ੍ਰੀਸਿਸ ਜਿਹੜੀਆਂ ਆ ਉਹ ਬਲੈਂਡ ਹੋ ਜਾਂਦੀਆਂ ਅਤੇ ਅਸੀਂ ਕਰ ਦੇਣਾ ਉਸੇ ਟਾਈਮ ਪੈਡ 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 ਯੂ ਕੈਨ ਸੀ ਦ ਡਿਫਰੈਂਸ ਕਿੰਨਾ ਬਲਰਿੰਗ ਇਫੈਕਟ ਦਿੰਦਾ ਆ ਇਹ ਵਾਲਾ ਪਾਊਡਰ ਯੂ ਕੈਨ ਸੀ ਮੇਰੀਆਂ ਡੀਪ ਸੈਟ ਆਈਜ਼ ਵੀ ਜਿਹੜੀਆਂ ਆ ਉਹ ਡਿਸਅਪੇਅਰ ਹੋ ਜਾਂਦੀਆਂ ਇਹ ਵਾਲੇ ਪਾਊਡਰ ਦੇ ਨਾਲ ਸੋ ਦੈਟ ਇਜ਼ ਵਾਈ ਆਈ ਲਵ ਦਿਸ ਸੈਟਿੰਗ ਪਾਊਡਰ ਦਿਸ ਇਜ਼ ਦ ਬੈਸਟ ਫੋਰ ਦ ਡਰਾਈ ਸਕਿਨ ਸਾਈਡ ਮੈਂ ਸਿਰਫ ਪਾਊਡਰ ਜਿਹੜਾ ਆ ਅੰਡਰ ਆਈਜ਼ 'ਤੇ ਲਗਾਇਆ ਅਤੇ ਬਸ ਇੱਥੇ ਲਗਾਇਆ ਆਪਣੀ ਚੀਕਸ ਦੇ ਉੱਤੇ ਹੋਰ ਕਿਤੇ ਮੈਂ ਪਾਊਡਰ ਜਿਹੜਾ ਆ ਉਹਨਾਂ ਹੀ ਲਗਾ ਰਹੀ ਔਰ ਜਾਂ ਫਿਰ ਤੁਸੀਂ ਇੱਥੇ ਲਗਾ ਸਕਦੇ ਹੋ ਦੈਟ ਇਜ਼ ਇੱਥੇ ਜਿਹੜਾ ਵੀ ਬਾਕੀ ਬਚਿਆ ਹੋਇਆ ਸੀਗਾ ਅਤੇ ਫੋਰ ਓਇਲੀ ਸਕਿਨ ਸਾਈਡ 'ਤੇ ਮੈਂ ਸੇਮ ਤਰੀਕੇ ਦੇ ਨਾਲ ਹੀ ਪਹਿਲਾਂ ਬਲੈਂਡ ਕਰਾਂਗੇ ਆਪਣੀ ਕ੍ਰੀਸਿਸ ਅਤੇ ਬਾਅਦ 'ਚੋਂ ਕਰਾਂਗੇ ਅਸੀਂ ਸੈੱਟ ਅਤੇ ਪਹਿਲਾਂ ਕਰ ਲਈਏ ਅਸੀਂ ਬਲੈਂਡ ਐਂਡ ਦੈਨ ਸੈੱਟ ਨਾਓ ਫੋਰ ਦ ਓਇਲੀ ਸਕਿਨ ਸਾਈਡ ਮੈਂ ਕੀ ਕਰਾਂਗੀ ਮੈਂ ਥੋੜ੍ਹਾ ਜਿਹਾ ਨਾਓ ਫੋਰ ਦ ਓਇਲੀ ਸਕਿਨ ਸਾਈਡ ਮੈਂ ਕੀ ਕਰਾਂਗੀ ਕਿ ਮੈਂ ਪਾਊਡਰ ਪਫ ਲਵਾਂਗੀ ਫਿਰ ਥੋੜ੍ਹਾ ਜਿਹਾ ਹੋਰ ਪਾਊਡਰ ਲਵਾਂਗੀ ਅਤੇ ਉਹਨੂੰ ਸਮੂਦ ਆਊਟ ਕਰਕੇ ਅਤੇ ਜਿੱਥੇ ਜਿੱਥੇ ਮੈਨੂੰ ਲੱਗਦਾ ਹੈ ਮੇਰੇ ਓਇਲ ਜ਼ਿਆਦਾ ਆਉਂਦਾ ਆ ਤਾਂ ਮੈਂ ਉਹ ਕਰ ਲਵਾਂਗੀ ਸੈੱਟ ਸਾਰਾ ਫੇਸ
ਲੁੱਕ ਐਟ ਦਿਸ, ਹਾਓ ਬਲਰਿੰਗ ਇਜ਼ ਦਿਸ ਪਾਊਡਰ। ਅਤੇ ਇਹ ਵਾਲੀ ਸਾਈਡ 'ਤੇ ਅਸੀਂ ਕੋਈ ਵੀ ਪਾਊਡਰ ਨਹੀਂ ਲਗਾਇਆ, ਬਟ ਦਿਸ ਸਾਈਡ। ਫੋਰ ਦੀ ਆਈਬ੍ਰਾਊਜ਼ ਆਈ ਵਿਲ ਬੀ ਯੂਜ਼ਿੰਗ ਦਿਸ ਪੈਕ ਕੋਸਮੈਟਿਕਸ ਦੀ ਆਈਬ੍ਰਾ ਪੈਨਸਿਲ। ਦਿਸ ਇਜ਼ ਮਾਈ ਫੇਵਰੇਟ ਪ੍ਰੋਡਕਟ ਫਰੋਮ ਇੰਡੀਆ, ਐਂਡ ਦਿਸ ਇਜ਼ ਫਰੋਮ ਪੈਕ ਕੋਸਮੈਟਿਕਸ ਆਈਬ੍ਰਾ ਡਿਫਾਈਨਰ। 4 ਕਲਰਸ, ਸਾਰਿਆਂ ਦੇ ਵਾਸਤੇ ਕਲਰਸ ਹੈਗੇ ਆ। ਵੀ ਹੈਵ ਫੋਰ ਲਾਈਟ ਸਕਿਨ ਟੋਨ, ਮੀਡੀਅਮ ਐਂਡ ਮੀਡੀਅਮ ਡਾਰਕ ਐਜ ਵੈਲ। ਅਤੇ ਇਟ ਕਮਸ ਵਿਦ ਦਿਸ ਬਰੱਸ਼ ਐਜ ਵੈਲ। ਅਤੇ ਮੈਂ ਮਿਕਸ ਕਰਦੀ ਹੁੰਦੀ ਹਾਂ ਦੀਸ ਟੂ, ਐਂਡ ਇਟ ਇਜ਼ ਵੈਰੀ ਈਜ਼ੀ ਟੂ ਡੂ ਵਿਦ ਦਿਸ ਪਾਊਡਰ ਬਰਾਊਸ। ਬਰਾਊਜ਼ ਨੂੰ ਕਲੀਨ ਕਰਨ ਲਈ ਮੈਂ ਥੋੜ੍ਹਾ ਜਿਹਾ ਲੈਂਦੀ ਹੁੰਦੀ ਹਾਂ ਫਾਊਂਡੇਸ਼ਨ, ਅਤੇ ਲਗਾ ਲਾਂਗੇ ਅਸੀਂ ਥੋੜ੍ਹਾ ਥੋੜ੍ਹਾ ਅਰਾਊਂਡ ਆਈਬ੍ਰਾਊ ਜਸਟ ਟੂ ਕਲੀਨ ਅਪ। ਯੂ ਕੈਨ ਸੀ ਦ ਡਿਫਰੈਂਸ, ਜੋ ਕੁਛ ਵੀ ਹੈਗਾ ਉਹਨੂੰ ਕਰ ਦਾਂਗੇ ਅਸੀਂ ਬੈਂਡ ਔਨ ਦਿਸ ਸਾਈਡ ਐਜ਼ ਵੈਲ। ਬਾਕੀ ਕਰ ਦਾਂਗੇ ਫਾਊਂਡੇਸ਼ਨ ਬ੍ਰਸ਼ ਦੇ ਨਾਲ ਬੈਂਡ। ਨਾਓ ਹੁਣ ਸਾਡਾ ਫੇਸ ਜਿਹੜਾ ਆ ਆਲਰੇਡੀ ਸੈੱਟ ਹੈਗਾ ਆ ਵਿਦ ਪਾਊਡਰ, ਅਤੇ ਅਸੀਂ ਯੂਜ਼ ਕਰਾਂਗੇ ਹੁਣ ਪਾਊਡਰ ਪ੍ਰੋਡਕਟਸ। ਅਤੇ ਉਹਦੇ ਲਈ ਮੈਂ ਯੂਜ਼ ਕਰ ਰਹੀ ਹਾਂ ਐਨਾਮੈਲ ਦਾ ਬ੍ਰੋਂਜ਼ਰ, ਅਤੇ ਇਹ ਹੈਗਾ ਆ ਇਨ ਸ਼ੇਡ ਸਨਸ਼ਾਈਨ। ਅਤੇ ਬਲੱਸ਼ ਯੂਜ਼ ਕਰਾਂਗੇ ਅਸੀਂ ਇਸੈਂਸ ਕੋਸਮੈਟਿਕਸ ਦਾ, ਅਤੇ ਇਸੈਂਸ ਦਾ ਇਨ ਸ਼ੇਡ ਬੋਲਡ ਹਾਰਟ, ਬਹੁਤ ਹੀ ਪਿਗਮੈਂਟਡ ਬਲੱਸ਼ ਨੇ। ਅਤੇ ਇਹਨੂੰ ਅਸੀਂ ਕਰ ਲਾਂਗੇ ਥੋੜ੍ਹਾ ਜਿਹਾ ਸਮੂਥ ਆਊਟ ਹੱਥ ਦੇ ਪਿੱਛੇ, ਤਾਂ ਕਿ ਐਕਸਟਰਾ ਪਿਗਮੈਂਟ ਜਿਹੜਾ ਆ ਉਹ ਥੋੜ੍ਹਾ ਜਿਹਾ ਹੋ ਜਾਏ ਸਮੂਥ। ਅਤੇ ਥੋੜ੍ਹਾ ਜਿਹਾ ਲਗਾ ਲਾਂਗੀ ਮੈਂ ਆਈਜ਼ ਦੇ ਉੱਪਰ ਵੀ, ਅਤੇ ਉਸ ਤੋਂ ਪਹਿਲਾਂ ਮੈਂ ਕਰਾਂਗੀ ਥੋੜ੍ਹਾ ਜਿਹਾ ਬਲੈਂਡ, ਜੋ ਵੀ ਕੁਛ ਲੱਗਾ ਸੀਗਾ। ਪਾਊਡਰ ਲਗਾਵਾਂਗੀ ਥੋੜ੍ਹਾ ਜਿਹਾ ਲਾਈਕ ਸੋ, ਅਤੇ ਬਲੱਸ਼ ਜੋ ਵੀ ਲੱਗਾ ਸੀਗਾ ਬ੍ਰੱਸ਼ ਦੇ ਉੱਤੇ ਉਹੀ ਲਗਾ ਲਾਂਗੀ ਆਈਜ਼ ਦੇ ਉੱਤੇ ਹੀ। ਫੇਸ ਮੇਕਅਪ ਸਾਡਾ ਹੋ ਗਿਆ ਡਨ, ਅਤੇ ਉਹਨੂੰ ਫਿਨਿਸ਼ ਆਫ ਕਰਾਂਗੀ ਮੈਂ ਥੋੜ੍ਹਾ ਜਿਹਾ ਮਸਕਾਰਾ ਲਗਾ ਕੇ, ਕੋਈ ਆਈ ਮੇਕਅਪ ਨਹੀਂ ਕਰ ਰਹੀ ਮੈਂ। ਫੋਰ ਦਾ ਲਿਪਸਟਿਕ, ਦਿਸ ਇਜ਼ ਮਾਈ ਫੇਵਰੇਟ ਨਿਊਡ ਲਿਪਸਟਿਕ ਫਰੋਮ ਮੈਕ ਕੋਸਮੈਟਿਕਸ, ਐਂਡ ਦਿਸ ਇਜ਼ ਪਰਫੈਕਟ ਫੋਰ ਲਾਈਟ ਟੂ ਮੀਡੀਅਮ ਸਕਿਨ ਟੋਨ। ਲੈਟ ਮੀ ਰਿਮੂਵ ਮਾਈ ਗਲਾਸ ਫਸਟ, ਆਈਲ ਪੁੱਟ ਅ ਲਿਟਲ ਬਿਟ ਆਫ ਪਾਊਡਰ। ਦੇਰ ਇਜ਼ ਨੋ ਲਿਪ ਲਾਈਨਰ।
There's no need to put lip liner with this. I personally prefer to wear this kind of lipstick every day on daily basis whenever I go outside, because this is perfect and it will go without any lip liner as well. And this is very comfortable as well, and it is in shade Velvet Teddy matte lipstick. Okay, base makeup ho gaya sada done, and this side is for dry skin and this side for oily skin. You can see ye wali pretty much matte hai because asi inu powder de naal set kita ya. Look at my hands. And inu asi powder de naal set nahi kita. You can see the glow from here. This step is optional. Ye wala optional step I like my under eyes to be a little bit of pink. The thoda ja powder lagani honi main, just a little bit. This is the She Glam one. Just wait for a second, I will blend it nicely. Oil control karne waste upar thoda jiha brows utte powder, because oily skin da I know there is a issue on the forehead as well. The make sure karo tusi powder de naal set kar do jithe jithe thonu lagda hai oil aa sakda hai, just set it with powder. This is from Huda Beauty. On the dry skin side, I will use this facial mist, a MAC Fix Plus Wanguia, jive te inu assi spray karange only on the half side. Okay, this is our final look. This side is pretty much glowy. What the glowy side, you can see the glow. And this side is pure matte. Okay, we are done with the makeup. Sada makeup ho gaya te mainu dasso tusi thanu kehdi vadhiya lagdi hai side. Glowy side or matte side? Which side do you prefer? I hope this video is helpful. The oily skin walayan mein pata lag gaya kida makeup karna hai, the dry skin walayan mein pata lag gaya kida makeup karna hai. It's just the skin prep. Every other steps are the same. I think pretty much same hai. The setting karna jada hai, oh, sirf different hai. Otherwise, most of the steps are same. Okay. I really like my hairstyle. Hairstyle mein kita si ga Sunday no blow out. I will show you guys. Ignore the mess and ignore the mess on my hand. Main eh kita si ka Sunday no blow out te halle vi udda da udda hi lagda paya kyunki main jooda bhi always jooda hi kardi ha na, but mainu vadhiya laga. Let me know
ਇਫ ਯੂ ਗਾਈਜ਼ ਵਾਂਟ ਦ ਟਿਊਟੋਰੀਅਲ ਫੋਰ ਮਾਈ ਬਲੋ ਆਊਟ ਰੂਟੀਨ, ਵੈਸੇ ਮੈਂ ਨੋਰਮਲੀ ਕਰਦੀ ਨਹੀਂ ਹਾਂ, ਲੈਟ ਮੀ ਨੋ ਅਗਰ ਤੁਹਾਨੂੰ ਚਾਹੀਦਾ ਆ ਬਲੋ ਆਊਟ ਦਾ ਟਿਊਟੋਰੀਅਲ ਅਤੇ ਫਾਈਨਲ ਲੁੱਕ ਮੈਟ. ਓਕੇ, ਆਈ ਹੈਵ ਕੁਸ਼ਚਨ ਫੋਰ ਯੂ ਗਾਈਜ਼, ਡੂ ਯੂ ਲਾਈਕ ਦਿਸ ਸਾਈਡ ਬੈਟਰ ਔਰ ਦਿਸ ਵਨ? ਓਕੇ, ਇੱਕ ਹੋਰ ਕੁਸ਼ਚਨ ਆਉਂਦਾ ਹੈ ਕਿ ਤੁਸੀਂ ਅਗਰ ਓਇਲੀ ਸਕਿਨ ਵਾਲੇ ਵੀ ਹੋ ਤਾਂ ਤੁਹਾਨੂੰ ਵੀ ਚਾਹੀਦਾ ਕਿ ਡੂਈ ਮੇਕਅਪ ਜਿਹੜਾ ਆ ਉਹ ਆਵੇ. ਤੁਸੀਂ ਮੈਟ ਫਿਨਿਸ਼ ਵਾਲਾ ਮੇਕਅਪ ਨਹੀਂ ਪਸੰਦ ਕਰਦੇ, ਇੱਦਾਂ ਦਾ ਮੇਕਅਪ ਪਸੰਦ ਕਰਦੇ ਹੋ ਅਤੇ ਇਗਨੋਰ ਮਾਈ ਮੈਸ ਔਨ ਮਾਈ ਹੈਂਡ, ਅਤੇ ਮੈਂ ਕੀ ਰੈਕਮੈਂਡ ਕਰਾਂਗੀ, ਤੁਸੀਂ ਇਧਰ ਤੁਸੀਂ ਇਹ ਵਾਲੀ ਸਪਰੇਅ ਜਿਹੜੀ ਆ ਉਹ ਲਗਾਓ, ਜਾਂ ਫਿਰ ਤੁਸੀਂ ਮੈਕ ਫਿਕਸ ਪਲੱਸ ਆਉਂਦੀ ਆ ਦਿਸ ਵਨ, ਮੈਕ ਫਿਕਸ ਪਲੱਸ, ਆਈ ਥਿੰਕ ਦੈਟਸ ਬੋਥ ਵਰਕਸ ਰੀਅਲੀ ਵੈਲ. ਇਹ ਵਾਲੀ ਸਾਈਡ ਦੇ ਉੱਤੇ ਮੈਂ ਲਗਾਈ ਆ ਇਹ ਹਿਆਲੂਰੋਨਿਕ ਮਿਸਟ, ਆਈ ਗੋਟ ਦਿਸ ਫਰੋਮ ਵਿਨਰਸ, ਅਤੇ ਇੱਧਰਲੀ ਸਾਈਡ 'ਤੇ ਆਪਾਂ ਲਗਾਉਂਦੇ ਹਾਂ ਫਿਕਸ ਪਲੱਸ. ਲੈਟਸ ਸੀ ਕਿੱਦਾਂ ਦਾ ਦੋਨਾਂ ਦਾ ਕੰਮ ਆਉਂਦਾ ਹੈ. Literally drench your face with the spray and use your fan. ਇਹ ਹੈਗਾ ਆ ਰਿਜ਼ਲਟ ਆਫਟਰ ਯੂਜਿੰਗ ਆਵਰ ਸਪਰੇਅਸ, ਅਤੇ ਇਧਰਲੀ ਸਾਈਡ ਮੈਂ ਮੈਕ ਫਿਕਸ ਪਲੱਸ ਯੂਜ਼ ਕੀਤੀ ਆ ਐਂਡ ਦਿਸ ਵਨ ਇੱਧਰ ਕੀਤੀ ਆ ਇਹ ਵਾਲੀ ਪਰ ਸੈਂਸ ਦੀ, ਅਤੇ ਯੂ ਕੈਨ ਸੀ ਦ ਡਿਫਰੈਂਸ. ਇਹ ਵਾਲੀ ਸਾਈਡ ਡਿਊਈ ਇਸ ਕਰਕੇ ਲੱਗ ਰਹੀ ਹੈ ਜ਼ਿਆਦਾ ਬਿਕੋਜ਼ ਮੈਂ ਇੱਧਰ ਪਾਊਡਰ ਸੈਟਿੰਗ ਨਹੀਂ ਕੀਤੀ, ਅਤੇ ਇੱਧਰ ਮੈਂ ਕੀਤੀ ਆ ਪਾਊਡਰ ਸੈਟਿੰਗ, ਅਤੇ ਬਾਅਦ 'ਚ ਲਗਾਇਆ ਮੈਕ ਫਿਕਸ ਪਲੱਸ. ਐਂਡ ਤੁਸੀਂ ਟਰਾਈ ਕਰੋ ਇੱਕ ਵਾਰੀ, ਤੁਹਾਨੂੰ ਪਤਾ ਲੱਗ ਜਾਏਗਾ ਡਿਫਰੈਂਸ.